पंजाब धर्म परिवर्तन का मुद्दा काफ़ी ज़्यादा गंभीर रूप लेंदा जा रहा है। जिला गुरदासपुर के कलानौर थाने की पुलिस वालों एक सिख परिवार नाल संबंधित नौजवान जबरन धर्म परिवर्तन कर लिए उकसाने के दोष हेठ दो व्यक्तियों के खिलाफ 295 धारा के तहत मामला दर्ज किया गया। मामले बारे जानकारी मिलने से सिख और हिंदू जथेबंदियों वालों धर्म परिवर्तन लिए उकसाने वाले दोषियों के खिलाफ कार्रवाई करने की मांग लैके कलानौर विखे धरना लाया गया सी। इस विच पुलिस अधिकारियों नाल मुलाकात की गई सी। धर्म परिवर्तन के खिलाफ अगे आए सिख और हिंदू आगुआ का तर्क सी कि वह किसी धर्म के खिलाफ नहीं हैं, पर ईसाई आगुआ वालों अपने धर्म का प्रचार कर ली गलत तरीके अपनाए जा रहे हैं, माड़े तबके के लोगों को गुमराह करके भरमा के धर्म परिवर्तन करवाया जा रहा है। उधर बीती रात हिंदू निहंग सिंह वालों दिए जा रहे धरने च मौके पर पहुंचे पुलिस अधिकारियों वालों धर्म परिवर्तन के खिलाफ धरना दे रहे आगुआ गलबात करने तो बाद नौजवान ओंकार सिंह की शिकायत से बलकार मसीह जगतार सिंह के खिलाफ मामला दर्ज किया गया है। आओ वेखते हैं रोहित गुप्ता गुरदासपुर की यह पूरी रिपोर्ट। ਇਹ ਆ ਦੋ ਜੀ ਆਪਣੇ ਆਪ ਨੂੰ ਪਾਸਟਰ ਕਹਿੰਦੇ ਨੇ ਵੀਰ ਸੰਦੀਪ ਕਾਲੋਂ ਉਹਦੇ ਨਾ ਇੱਥੇ ਇੱਕ ਵਰਕਰ ਕੰਮ ਕਰਦਾ ਮੁੰਡਾ ਸਿੱਖ ਤੇ ਇਹ ਬੰਦੇ ਉਹਨੂੰ 3-4 ਦਿਨ ਤੋਂ ਕਾਫੀ ਆਣ ਕੇ ਤੰਗ ਕਰ ਰਹੇ ਵੀ ਤੂੰ ਕ੍ਰਿਸਚਨ ਬਣ ਤੇ ਉਦਣ ਹੀ ਵੀਰ ਨੇ ਮੋੜਿਆ ਤੇ ਚਲ ਗਏ ਤੇ ਅੱਜ ਫੇਰ ਆਏ ਸੀ ਤੇ ਅੱਜ ਵੀਰ ਨੇ ਤੇ ਭਾਲ ਲੈਣੇ ਦੋਏ ਆਹ ਮੁੰਡਾ ਵੀ ਇਹ ਮੁੰਡਾ ਜਿਹੜਾ ਨਾ ਇਹ ਜੱਟ ਆ ਇਹ ਕ੍ਰਿਸਚਨ ਬਣਿਆ ਤੇ ਹੋਰਨਾਂ ਨੂੰ ਵੀ ਬਣਾਉਣ ਡਿਆ ਏ ਵੇਖ ਲੋ ਇਹਨਾਂ ਦੀ ਕਰਤੂਤ ਹੈ ਵੀ ਆਣ ਕੇ ਧੱਕੇ ਨਾਲ ਜਿਹੜਾ ਧਰਮ ਪਰਿਵਰਤਨ ਕਰਨ ਡੇ ਤੇ ਮੁੜ ਕੇ ਫਿਰ ਜਦੋਂ ਕੋਈ ਸਿੱਖਾਂ ਨੇ ਕਾਰਵਾਈ ਕੀਤੀ ਤੇ ਇਹ ਫਿਰ ਕਹਿੰਦੇ ਵੀ ਨਿਹੰਗ ਮਾੜੇ ਨੇ ਤੇ ਨਿਹੰਗਾਂ ਨੇ ਤੇ ਆਪੇ ਹੀ ਮਾੜੇ ਹੋਣਾ ਜਦੋਂ ਫਿਰ ਇਹਨਾਂ ਦੀ ਜੁੱਤੀਆਂ ਵੱਜਣੀਆਂ ਨੇ ਤੇ ਫਿਰ ਨਿਹੰਗਾਂ ਨੂੰ ਤੇ ਮਾੜੇ ਕਹਿਣਾ ਹੀ ਆ ਤੇ ਜੇ ਆਪ ਸਿੱਖਾਂ ਨੂੰ ਲੜਾਉਂਦੇ ਆ ਦੋਵਾਂ ਧਰਮਾਂ ਦੇ ਵਿੱਚ ਤੇ ਇਹੋ ਜਿਹਿਆਂ ਨੂੰ ਕ੍ਰਿਸਚਨਾਂ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਜੁੱਤੀ ਫੇਰ ਕੇ ਰੱਖਣ ਇਹਨਾਂ ਨੂੰ ਇਹੋ ਜਿਹੇ ਬੰਦੇ ਮੋੜਨ ਆਪਣੇ ਹੁਣ ਇਹਨਾਂ ਤੇ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਦੇ ਇਹੋ ਹੀ ਮੰਗ ਕਰਦੇ ਵੀ ਇਹਨਾਂ ਦੇ ਪਰਚਾ ਕੱਟ ਕੇ ਇਹਨਾਂ ਨੂੰ ਜਿਹੜੀ ਮੰਨਦੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਗਾਂਹ ਤੋਂ ਕੋਈ ਹੋਰ ਬੰਦਾ ਜਿਹੜਾ ਕੋਈ ਵੀ ਧਰਮ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੇ ਵੀ ਜਿਹੜਾ ਦੋਵਾਂ ਕੌਮਾਂ 'ਚ ਲੜਾਈ ਨਾ ਪਵੇ ਤੇ ਨਹੀਂ ਤੇ ਇਹਨਾਂ ਦੇ ਬੰਦੇ ਮਰਵਾ ਦੇਣੇ ਨੇ ਇਹਨਾਂ ਨੇ ਜੇ ਇਹੋ ਜਿਹੇ ਜਿਹੜੇ ਬੰਦੇ ਤੁਰੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਨੇ ਇਹ ਵੇਖੋ ਜਬਰੀ ਧਰਮ ਪਰਿਵਰਤਨ ਕਰਾਉਣ ਦੇ ਨੇ, ਇਹ ਨਹੀਂ ਵੀ ਇਹ ਨਕਲੀ ਪਾਸਟਰ ਬਣ ਕੇ ਤੇ ਜਬਰੀ ਕਰਾਉਣ ਦੇ ਨੇ ਲਾਲਚ ਦੇ ਕੇ ਧਮਕਾ ਕੇ ਇਹੋ ਜਿਹੇ ਕੰਮ ਕਰਕੇ मालक साडे इत्थे ही ने मालक ने जो वेख्या किधर आए जे उन्होंने पुछया पुछया किसा फिर बिठा लिया जे इत्थे कई नहीं गल होई लालच इहो कहिंदे मसीह अपने साडे धर्म च आ जाओ सिख धर्म छड़ गए। सारियां जथेबंदियां जिहड़ियां ओह एकत्र होईयां ने कि इहो जिहे टाइम दे उत्ते जिहड़ा वा ओह साडा फर्ज बणदा वा क्योंकि धर्म जिहड़ा वा कोई भी माड़ा नहीं है अपनी जगह ते जिस धर्म दे विच बंदा हैगा ओहनू अपने धर्म दा सत्कार करना चाहीदा ओहदा जिहड़ा ओहदे विच परपक रहना चाहीदा वा और दूसरे धर्मां दा जिहड़ा वा ओहदा असीं निंदिया नहीं करनी ਉਹਦਾ ਸਤਿਕਾਰ ਉਹ ਕਰਨ ਜਿਹੜਾ ਉਹ ਧਰਮ ਨਾਲ ਰਿਲੇਟਡ ਹੈ ਔਰ ਮੈਂ ਇਹੋ ਗੱਲ ਕਹਿਣੀ ਚਾਹੁੰਦਾ ਵਾਂ ਪ੍ਰਸ਼ਾਸਨ ਨੂੰ ਵੀ ਕਿ ਵੇਖੋ ਬੜਾ ਵੱਡਾ ਮੁੱਦਾ ਚੱਲਣ ਡਿਆ ਅੱਜ ਤੋਂ ਕੁਛ ਦਿਨ ਪਹਿਲਾਂ ਵੇਖੋ ਤਰਨ ਤਾਰਨ ਦੇ ਲਾਗੇ ਇਹ ਇੱਕ ਅਜੇ ਖਲਾ ਜਿਹੜਾ ਉਹ ਅਜੇ ਬੰਦ ਨਹੀਂ ਹੋਇਆ ਨਿਹੰਗ ਸਿੰਘਾਂ ਦਾ ਤੇ ਉਹ ਧਰਮ ਤਬਦੀਲ ਵਾਲਿਆਂ ਦਾ ਆਪਸ ਦੇ ਵਿੱਚ ਪੰਗਾ ਪਿਆ ਔਰ ਉਹ ਅਜੇ ਤੱਕ ਠੰਡਾ ਨਹੀਂ ਹੋਇਆ ਅੱਜ ਇਹ ਫਿਰ ਸਾਨੂੰ ਜਿਹੜਾ ਵਾ ਮਜਬੂਰ ਕਰ ਰਹੇ ਨੇ। ਮੈਂ ਗੱਲ ਇਹ ਦਾਅਵੇ ਨਾਲ ਕਹਿ ਦਿਆਂ ਕਿ ਜੇ ਤੁਸੀਂ ਇਹੋ ਜਿਹਾ ਕੰਮ ਕਰਨਾ ਵਾ ਤੇ ਮੈਂ ਚੈਲੰਜ ਕਰਦਾ ਕਿ ਸਾਡੇ ਵਾਸਤੇ ਗੁੱਟ ਗਲਾ ਤੇ ਗਾਟਾ ਇਹ ਲਾਉਣਾ ਕੋਈ ਏਡੀ ਔਖੀ ਗੱਲ ਨਹੀਂ ਹੈ ਜੇ ਸਾਨੂੰ ਮਜਬੂਰ ਕਰੋਗੇ। ਅਸੀਂ ਤੁਹਾਨੂੰ ਮਜਬੂਰ ਨਹੀਂ ਕਰਨਾ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ ਤੇ ਕਿਸੇ ਨੂੰ ਤੰਗ ਨਾ ਕਰੋ। ਸੋ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾਂ ਪ੍ਰਸ਼ਾਸਨ ਨੂੰ ਵੀ ਕਿ ਇਹਦੇ ਉੱਤੇ ਜਿਹੜੀ ਆ ਉਹ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਜਿਹੜੇ ਇਹੋ ਜਿਹੇ ਮਨ ਚਲੇ ਜਿਹੜੇ ਨੇ ਲਾਲਚ ਦੇ ਵਸ ਪੈ ਕੇ ਔਰ ਮੈਨੂੰ ਨਹੀਂ ਪਤਾ ਕਿ ਇਹਦੇ ਵਿੱਚ ਕੋਈ ਏਜੰਸੀਆਂ ਕੰਮ ਕਰ ਰਹੀਆਂ ਨੇ ਕੀ ਹੋ ਰਿਹਾ ਵਾ ਉਹਦੀ ਛਾਣਬੀਣ ਵੀ ਜਿਹੜੀ ਆ ਉਹ ਪ੍ਰਸ਼ਾਸਨ ਕਰੇ ਤਾਂ ਜੋ ਇਹਨਾਂ ਚੀਜ਼ਾਂ ਦਾ ਜਿਹੜਾ ਵਾ ਇਨਸਾਫ ਮਿਲ ਸਕੇ। ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ? ਦੇਖੋ ਜੀ ਕਾਰਵਾਈ ਅਸੀਂ ਤੇ ਕਹਿੰਦੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਖ਼ਤ ਤੋਂ ਸਖ਼ਤ ਜਿਹੜੀ ਆ ਜੋ ਧਾਰਾ ਬਣਦੀ ਉਹ ਲੱਗਣੀ ਚਾਹੀਦੀ ਹੈ। ਦੋ ਬੰਦੇ ਆਏ ਜਿਹੜੇ ਅਪਰਾਧੀ ਨੇ ਦੋ ਬੰਦੇ ਠੀਕ ਆ ਕਿ ਨਹੀਂ
ਤੇ ਦੋ ਬੰਦੇ ਨੇ ਜਿਹੜੇ ਉਹ ਮਤਲਬ ਵੇਖੋ ਟਾਈਮ ਵੇਖੋ ਇਸ ਵੇਲੇ ਮਤਲਬ ਉਹ ਲੋਕਾਂ ਦੇ ਘਰਾਂ ਦੇ ਵਿੱਚ ਆਣ ਕੇ ਫਿਰ ਰਹੇ ਨੇ ਕਿ ਉਹ ਆਪਣੇ ਧਰਮ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਜਿੰਨਾ ਸਾਡੇ ਕੱਲੇ ਕੱਲੇ ਜੀ ਨੂੰ ਪਤਾ ਹੈ ਕਿ ਧਰਮਾਂਤਰਨ ਜਿਹੜਾ ਵਾ ਇੱਕ ਕੈਂਸਰ ਦੇ ਵਾਂਗੂ ਸਾਡੇ ਸਮਾਜ ਦੇ ਵਿੱਚ ਫੈਲਦਾ ਪਿਆ ਇਹ ਕੁਝ ਜਿਹੜੇ ਸ਼ਰਾਰਤੀ ਤੱਤ ਨੇ ਪਤਾ ਨਹੀਂ ਧਰਮ ਦੇ ਪ੍ਰਚਾਰ ਦੀ ਆੜ ਦੇ ਵਿੱਚ ਇਹ ਲੋਕਾਂ ਦਾ ਧਰਮ ਪਰਿਵਰਤਿਤ ਕਰਾਉਂਦੇ ਪਏ ਨੇ ਹੁਣ ਜਿਹੜੀ ਲੇਟੈਸਟ ਇੱਕ ਵਾਰਦਾਤ ਸਾਡੇ ਕਲਾਂਡੋ ਥਾਣੇ ਦੇ ਅਧੀਨ ਆਈ ਆ ਉਪਕਾਰ ਸਿੰਘ ਅਦਲੀਵਾਲ ਤੋਂ ਸੰਦੀਪ ਸਿੰਘ ਹਰਾਂ ਦੇ ਫਾਰਮ ਹਾਊਸ ਤੇ ਕੰਮ ਕਰਦਾ ਸੀਗਾ ਇਹਨੂੰ ਪਰਿਵਾਰ ਸਹਿਤ ਧਰਮ ਪਰਿਵਰਤਿਤ ਕਰਨ ਲਈ ਫੋਰਸ ਕੀਤਾ ਜਾ ਰਿਹਾ ਸੀ ਜੋ ਕਿ 2 ਤੋਂ 3 ਵਾਰੀ ਇਹਨਾਂ ਕੋਲ ਵਿਜ਼ਿਟ ਕਰ ਚੁੱਕੇ ਸੀਗੇ ਅੱਜ ਜ਼ਾਕਿਰ ਇਹਨੇ ਆਪਣੇ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਫੜਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਐਡਮਿਟ ਕੀਤਾ ਕਿ ਉਹਨਾਂ ਦਾ ਮੋਟਿਵ ਇਸ ਦਾ ਧਰਮ ਚੇਂਜ ਕਰਵਾਉਣਾ ਸੀਗਾ ਉਹਨਾਂ ਬੰਦਿਆਂ ਨੂੰ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਅਗਲਾ ਰੋਲ ਇੱਥੇ ਪ੍ਰਸ਼ਾਸਨ ਦਾ ਆਉਂਦਾ ਕਿ ਪ੍ਰਸ਼ਾਸਨ ਇਸ ਦੀਆਂ ਜੜ੍ਹਾਂ ਤੱਕ ਕਿਵੇਂ ਪਹੁੰਚਦਾ ਇਹ ਕਿੱਥੋਂ ਸਟਾਰਟ ਹੁੰਦਾ ਪਿਆ ਇਹਨਾਂ ਲੋਕਾਂ ਦੇ ਕੀ ਟਾਰਗੇਟਸ ਨੇ ਕੀ ਮੋਟਿਵ ਆ ਇਹਨਾਂ ਦਾ ਕਿ ਜਿਹੜਾ ਇਹ ਨੌਨ ਜਿਹੜੇ ਕ੍ਰਿਸਚੀਅਨਸ ਨੇ ਉਹਨਾਂ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਮੋਸਟਲੀ ਇਹਨਾਂ ਦੇ ਟਾਰਗੇਟ ਉਹ ਨੇ ਲੇਬਰ ਕਲਾਸ ਲੋਕ ਲੇਬਰ ਕਲਾਸ ਲੋਕਾਂ ਨੂੰ ਇਹ ਜਲਦੀ ਵਰਗਲਾ ਕੇ ਆਪਣੇ ਅੰਦਰ ਆਪਣੇ ਧਰਮ ਦੇ ਵਿੱਚ ਕਨਵਰਟ ਕਰਦੇ ਪਏ ਨੇ ਜੇਕਰ ਤਾਂ ਅਸੀਂ ਕਿਸੇ ਧਰਮ ਦੀ ਬੁਰਾਈ ਨਹੀਂ ਕਰਦੇ ਹਰ ਧਰਮ ਆਪੋ ਆਪਣੀ ਥਾਂ ਤੇ ਸਟੈਂਡ ਕਰਦਾ ਪਰ ਜੇਕਰ ਜਿਸ ਬੰਦੇ ਨੂੰ ਜਿਹੜੇ ਬੰਦੇ ਫੜੇ ਗਏ ਨੇ ਇਹਨਾਂ ਦੇ ਨਾਂ ਦੇ ਨਾਲ ਵੀ ਪਤਾ ਲੱਗਿਆ ਕਿ ਸਿੰਘ ਲੱਗਿਆ ਹੋਇਆ ਉਹ ਜਿਹਨੂੰ ਆਪਣੇ ਧਰਮ ਚ ਕੱਖ ਨਹੀਂ ਮਿਲਿਆ ਉਹਨੂੰ ਦੂਜੇ ਧਰਮ ਚ ਕੀ ਮਿਲ ਜੂ ਜਿਹੜਾ ਆਪਣੇ ਧਰਮ ਚ ਸੈਟੀਸਫਾਈ ਜਿਹਨੂੰ ਆਪਣੇ ਧਰਮ ਚ ਕੱਖ ਨਹੀਂ ਮਿਲਿਆ ਉਹਨੂੰ ਕਿਤੇ ਵੀ ਕੱਖ ਨਹੀਂ ਮਿਲਣਾ ਇਸ ਕਰਕੇ ਜੇਕਰ ਤੂੰ ਭਾਈ ਸਾਹਿਬ ਬਦਲ ਚੁੱਕਿਆ ਸੀਗਾ ਤੇ ਤੂੰ ਹੁਣ ਕਿਹੜੇ ਟਾਰਗੇਟ ਕਿੰਨੇ ਪੈਸਿਆਂ ਲਈ ਕੰਮ ਕਰਦਾ ਪਿਆ ਕਿਹੜੇ ਆਰਗੇਨਾਈਜੇਸ਼ਨ ਦੇ ਕਹਿਣ ਦੇ ਕੰਮ ਕਰਦਾ ਪਿਆ ਇਹਨੂੰ ਕਲੀਅਰ ਕਰ ਤੇ ਪ੍ਰਸ਼ਾਸਨ ਨੂੰ ਮੰਗ ਹੈ ਕਿ ਇੱਥੇ ਕੜੀ ਤੋਂ ਕੜਾ ਐਕਸ਼ਨ ਲਿਆ ਜਾਏ ਤਾਂ ਕਿ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ ਬੜਾ ਬੜੀ ਸਮਝਦਾਰੀ ਹੈ ਸੰਦੀਪ ਸਿੰਘ ਹਰਾਂ ਦੀ ਕਿ ਜਿਨ੍ਹਾਂ ਨੇ ਫੜ ਕੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਬੰਦਾ ਬਾਇਜ਼ਤ ਨਹੀਂ ਤੇ ਜੋ ਘਟਨਾਵਾਂ ਬਾਕੀ ਥਾਵਾਂ ਤੇ ਹੁੰਦੀਆਂ ਪਈਆਂ ਕਿ ਉਦਾਂ ਦੀ ਘਟਨਾ ਕੋਈ ਨਹੀਂ ਹੋਈ ਇਹ ਸਮਝਦਾਰੀ ਦੀ ਗੱਲ ਆ ਮੈਂ ਇਹੋ ਮੰਗ ਕਰਦਾ ਕਿ ਇਹਦੇ ਤੇ FIR ਕਰਕੇ ਇਹਦੀ ਜੜ੍ਹਾਂ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾਏ ਧੰਨਵਾਦ ਪੀਟਰ ਚੀਦਾ ਜੀ ਪ੍ਰਧਾਨ ਪੰਜਾਬ ਕ੍ਰਿਸ਼ਨ ਫੈਡਰੇਸ਼ਨ ਅੱਜ ਗੁਰਦਾਸਪੁਰ ਦੇ ਵਿੱਚ ਅਸੀਂ ਸਾਰੇ LEF ਚਰਚ ਦੇ ਵਿੱਚ ਇਕੱਠੇ ਹੋਏ ਆ ਬਾਈਪਾਸ ਤੇ ਔਰ ਮੇਰੇ ਨਾਲ ਸਾਡੇ ਪੰਜਾਬ ਫੈਡਰੇਸ਼ਨ ਦੇ ਚੇਅਰਮੈਨ ਆਫਮ ਸਿੰਘ ਚੌਹਾਨ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰਵੇਸ਼ ਤੁੰਗ ਜੀ ਔਰ ਮੇਰੇ ਤੋਂ ਪਹਿਲਾਂ ਬੋਲ ਚੁੱਕੇ ਲਾਬਾ ਮਸੀਹ ਆਲੋਵਾਲ ਹੋਰ ਵੀ ਸਾਡੀਆਂ ਮਸੀਹ ਜਥੇਬੰਦੀਆਂ ਅੱਜ ਇਸ ਜਗ੍ਹਾ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਸੋ ਇਹਨਾਂ ਦਾ ਮੇਨ ਜਿਹੜਾ ਮਕਸਦ ਆ ਕਿ ਅੱਜ ਸਾਡੇ ਦੋ ਭਰਾਵਾਂ ਤੇ ਕੱਲ ਥਾਣਾ ਕਲਾਂ ਲੋਰ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਜਿਹੜਾ ਬਿਲਕੁਲ ਹੀ ਇੱਕ ਪ੍ਰੀ ਪ੍ਰਾਣ ਪਰਚਾ ਸੀਗਾ ਜਿਹਦੇ ਵਿੱਚ ਬਲਕਾਰ ਸਨ ਆਫ ਸੁਲੱਖਣ ਮਸੀਹ ਜਗਤਾਰ ਸਿੰਘ ਸਨ ਆਫ ਮਹਿੰਦਰ ਸਿੰਘ ਸੋ ਇਹ ਪਰਚੇ ਨੂੰ ਜਦੋਂ ਬੜੀ ਬਰੀਕੀ ਦੇ ਨਾਲ ਵੇਖਿਆ ਗਿਆ ਇਹਦੀ ਛਾਣਬੀਣ ਕੀਤੀ ਗਈ ਜਿਹੜੇ ਮਦਈ ਵੱਲੋਂ ਬਿਆਨ ਦੇ ਕੇ ਪਰਚਾ ਦਰਜ ਕੀਤਾ ਗਿਆ ਕਿ ਸਾਡਾ ਧਰਮ ਪਰਿਵਰਤਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਮਦਈ ਦਾ ਭਰਾ ਇਸ ਜਗ੍ਹਾ ਤੇ ਬੋਲ ਕੇ ਗਿਆ ਇੰਨੀ ਪਬਲਿਕ ਦੇ ਵਿੱਚ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਈ ਉੱਥੇ ਜੋ ਵੀ ਹੋਇਆ ਧੱਕੇ ਦੇ ਨਾਲ ਹੋਇਆ ਵਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਨਾਲ ਦੀ ਨਾਲ ਆਪਣੇ ਭਰਾਵਾਂ ਨੂੰ ਵੀ ਬੇਨਤੀ ਆ ਕਿ ਅਸੀਂ ਪੰਜਾਬ 'ਚ ਇੱਦਾਂ ਦਾ ਮਾਹੌਲ ਨਾ ਕਾਇਮ ਕਰੀਏ ਕਿੰਨੀ ਕੁ ਦੇਰ ਅਸੀਂ ਇੱਦਾਂ ਦੀਆਂ ਰਣਨੀਤੀਆਂ ਬਣਾ ਕੇ ਜਿਹੜਾ ਸਾਡਾ ਭਾਈਚਾਰਕ ਸਾਂਝ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਪਾਂ ਸਾਰੇ ਸੋਚ ਵਿਚਾਰ ਕੇ ਚੱਲੀਏ ਨਜਾਇਜ਼ ਝੂਠ ਜਿਹੜਾ ਇਹਨੂੰ ਬੰਦ ਕਰੀਏ ਜੋ ਸਾਡੀ ਅੱਜ ਮੰਗ ਸੀਗੀ ਇੱਥੇ ਅਸੀਂ ਬਾਈਪਾਸ ਬੰਦ ਕੀਤਾ ਸੀ ਸੰਨੀ ਬੱਬਰੀ ਸਾਡਾ ਯੂਥ ਦਾ ਪ੍ਰਧਾਨ ਆ ਉਹਨੇ ਬੜੀ ਮਿਹਨਤ ਸ਼ਿਰਕਤ ਦੇ ਨਾਲ ਸਵੇਰ ਦਾ ਲੱਗਾ ਸੀਗਾ ਸੋ ਆਪਾਂ ਇੱਕੋ ਚੀਜ਼ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਕ੍ਰਿਸਚਨ ਭਾਈਚਾਰਾ ਸ਼ਾਂਤੀ ਪਸੰਦ ਆ ਪਰ ਹੁਣ ਇੰਨਾ ਸ਼ਾਂਤੀ ਪਸੰਦ ਨਹੀਂ ਰਹੇਗਾ ਜਿੰਨਾ ਇਹ ਸਮਝ ਰਹੇ ਨੇ ਕਿਉਂਕਿ ਸਾਨੂੰ ਪਤਾ ਲੱਗ ਗਿਆ ਕਿ ਸਾਡੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਆ ਕਿਸੇ ਫਿਰਕੇ ਦੇ ਨਾਲ ਨਹੀਂ ਆ ਸਾਡੀ ਲੜਾਈ ਸ਼ਾਸਨ ਅਤੇ ਪ੍ਰਸ਼ਾਸਨ ਨਾਲ ਕਿਉਂਕਿ ਇਹਨਾਂ ਦੀ ਸ਼ਹਿ 'ਤੇ ਜੋ ਹੋ ਰਿਹਾ ਕੱਲ੍ਹ ਰਾਤ ਮੁਕੱਦਮਾ ਦਰਜ ਹੋਇਆ ਸੀ ਜੀ 295A ਦਾ ਵੀ ਉਸ ਬੰਦੇ ਦੇ ਆਪ ਹਵੇਲੀ 'ਚ ਜਾ ਕੇ ਇਹਨਾਂ ਨੇ ਦੁਬਾਰਾ ਚਰਚ 'ਚ ਉਹਨੂੰ ਬੁਲਾਇਆ ਸੀ ਉਹ ਪਰਚੇ ਸੰਬੰਧੀ ਜਿਹੜਾ ਸਾਡੇ ਅੱਜ ਨੋਟਸ 'ਚ ਗੱਲ ਆਈ ਅਤੇ ਇਹਨਾਂ ਨੇ ਸਾਨੂੰ ਇਹਨਾਂ ਕੋਲ ਇੱਕ ਰਿਕੁਐਸਟ ਦੇਣ ਲੱਗੇ ਆ ਵੀ ਇਹ ਪਰਚਾ ਝੂਠਾ ਦਰਜ ਹੈ ਅਸੀਂ ਵਾਅਦਾ ਕਰਦੇ ਹਾਂ ਵੀ ਇਸ ਦੀ ਬਹੁਤ ਜਲਦੀ ਇਨਕੁਆਇਰੀ ਕਰਕੇ ਇਹਨੂੰ ਜੇਕਰ ਝੂਠਾ ਜੇਕਰ ਕੈਂਸਲ ਕਰ ਦਾਂਗੇ ਮੈਰਿਟ 'ਤੇ ਇਹਦੀ ਤਫਤੀਸ਼ ਕਰਕੇ ਜੋ ਮੈਰਿਟ 'ਤੇ ਹੋਏਗਾ ਉਹ ਕਰਾਂਗੇ ਅਸੀਂ ਠੋਕ ਕੇ ਕਰਾਂਗੇ ਜੀ ਬਿਲਕੁਲ ਜੀ ਇਹ ਬਿਲਕੁਲ ਪੜ੍ਹੇ ਲਿਖੇ ਨੇ ਇਹ ਬਿਲਕੁਲ ਸੈਟਿਸਫਾਈ ਨੇ ਮਤਲਬ ਧਰਨਾ ਲਾ ਕੇ ਫਿਰ ਅਸੀਂ ਇਹਨਾਂ 'ਚ ਬਿਜੀ ਹੋ ਜਾਵਾਂਗੇ ਜੇ ਸਾਡਾ ਕੰਮ ਸਲੋ ਹੋ ਗਿਆ ਤਾਂ ਫਿਰ ਅਸੀਂ ਇਹਨਾਂ ਨੇ ਜਿਹੜਾ ਪ੍ਰੋਮਿਸ ਕੀਤਾ ਉਹ 'ਚ ਵੀ ਲੇਟ ਹੋਵਾਂਗੇ
देखो जी एक जरा इतने बंदा बैठा मुंडा वो कहता भी मेरा भरा आया तो परचा उन्हें अंडर प्रैशर दर्ज कराया असं उन्होंने कहा भी अभी इंडिपेंडेंट होकर बयान लिखांगे ताडे भी बिठावांगे तुसी भी उन्हें गलबात करके कर सकते जे सानू यह बयान दिता भी हाँ मेरे को परचा अंडर प्रैशर दर्ज कराया फिर तो समझ लो फिर तो परचा रहेगा नहीं। हाँ पर असी इदों लावा भी असी मैरिट ते भी तफ्तीश करके जेकर जे परचा जो भी सही बनेगा कैंसल होगा तो कैंसल करांगे ठीक है ना जे कोई इहदा होर तत्थ सामने आउणगे फिर असी उहदे मुताबक कार्रवाई करांगे। जिहदे वल्लों परचा दर्ज करवाया गया इहनां वल्लों कहा जा रहा है कि उहनूं किसी नाल मिलन नहीं दिता जा रहा ना ही उहदे फैमिली मैंबर नाल कॉन्टैक्ट हो। इत्थे ही गल आई जी कल साढ़े किसी ने इदां दी गल नहीं एस एच ओ साहब दे जां डिप्टी साहब दे कलानौर दे नोट्स नहीं जांदी इह तां मेरे हुणे ही गल आई आ जे उत्थे साढ़े लिआउंदे ते इदां दी कोई गल नहीं हैगी भी कोई बंदा किसी नूं मिल नहीं देगा इदां तो हो ही नहीं सकता जिंदगी 'च।